ਹੈਲੋ ਦੋਸਤੋ ਵੈਲਕਮ ਹੈ ਜੀ ਕੇ ਪੰਜਾਬੀ ਚੈਨਲ ਤੇ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਰਿਪੇਅਰ ਕਰਾਂਗੇ ਵਾਇਰਲ ਪੋਲ ਦਾ ਇਲੈਕਟ੍ਰੀਕਲ ਸਟੋਵ ਆਪਾਂ ਕਰਾਂਗੇ ਜਿਹੜੇ ਟਾਪ ਵਾਲੇ ਸਟੋਵ ਆਚਾਰ ਉਹਨਾਂ ਦੇ ਵਿੱਚੋਂ ਇੱਕ ਦੀ ਆਪਾਂ ਆਨ-ਆਫ ਸਵਿਚ ਜਿਹੜੀ ਕਿ ਹੀਟ ਕੰਟਰੋਲ ਕਰਦੀ ਉਹਨੂੰ ਆਪਾਂ ਰਿਪਲੇਸ ਕਰਨਾ ਮੇਰੇ ਜਿਹੜੀ ਸਵਿਚ ਆ ਦੋਸਤੋ ਇਹ ਮੱਚ ਗਈ ਸੀ ਤੁਸੀਂ ਦੇਖ ਸਕਦੇ ਮੈਂ ਆਲਰੇਡੀ ਉਹਨੂੰ ਰਿਮੂਵ ਕੀਤਾ ਹੋਇਆ ਵਾ ਰਿਮੂਵ ਕਰਨ ਦਾ ਮਤਲਬ ਸੀਗਾ ਕਿ ਮੈਂ ਜਿਹੜਾ ਉਹਦੇ ਤੋਂ ਪਾਰਟ ਪੜ ਕੇ ਮੈਂ ਜਿਹੜਾ ਉਹਦਾ ਪਾਰਟ ਨੰਬਰ ਆ ਮੈਂ ਆਨਲਾਈਨ ਜਿਹੜੀ ਹੈਗੀ ਸਵਿਚ ਮੈਂ ਆਰਡਰ ਕੀ ਤੀਸੀ ਤੇ ਉਹ ਜਿਹੜੀ ਸਵਿਚ ਆ ਅੱਜ ਮੇਰੇ ਕੋਲੇ ਆ ਚੁੱਕੀ ਹੈ ਤੇ ਆਪਾਂ ਤੁਹਾਨੂੰ ਸਟੈਪ ਬਾਈ ਸਟੈਪ ਦੱਸੂਗਾ ਉਹਨੂੰ ਰਿਮੂਵ ਕਰਨ ਤੋਂ ਲੈ ਕੇ ਇੰਸਟਾਲ ਕਰਨ ਤੱਕ ਤੁਸੀਂ ਉਹਨੂੰ ਕਿਸ ਤਰ੍ਹਾਂ ਜਿਹੜਾ ਰਿਮੂਵ ਕਰਕੇ ਇੰਸਟਾਲ ਕਰਨੀ ਆ ਜਿਹੜਾ ਮੇਰਾ ਵਾਇਰਲ ਪੂਲ ਦਾ ਇਲੈਕਟ੍ਰੀਕਲ ਸਟੋਵ ਆ ਇਹਦਾ ਜਿਹੜਾ ਮਾਡਲ ਨੰਬਰ ਆ ਦੋਸਤੋ ਮੈਂ ਆਲਰੇਡੀ ਸਕਰੀਨ ਦੇ ਉੱਤੇ ਚਲਾ ਰਿਹਾ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਇਹ ਰੱਖ ਦੂੰਗਾ ਕਿ ਕਿਹੜਾ ਇਹ ਮਾਡਲ ਨੰਬਰ ਆ ਤੇ ਨਾਲ ਹੀ ਮੈਂ ਜਿਹੜੀ ਇਹ ਸਵਿਚ ਬਾਈ ਕੀਤੀ ਉਹਦਾ ਮੈਂ ਪਾਰਟ ਨੰਬਰ ਵੀ ਮੈਂ ਜਿਹੜਾ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਖ ਦੂੰਗਾ ਤੇ ਨਾਲ ਹੀ ਮੈਂ ਵੀਡੀਓ ਦੇ ਉੱਤੇ ਚਲਾ ਦੂੰਗਾ ਕਿ ਜੇ ਤੁਹਾਡੇ ਕੋਲ ਸੇਮ ਮਾਡਲ ਆ ਤਾਂ ਤੁਸੀਂ ਉਹਨੂੰ ਆਨਲਾਈਨ ਆਰਡਰ ਕਰ ਸਕਦੇ ਆ ਇਹ ਦੇਖੋ ਜਿਹੜੀ ਕਿ ਇਹ ਸਾਹਮਣੇ ਆਪਣੀ ਸਵਿਚ ਆ ਇਹ ਮੈਂ ਆਲਰੇਡੀ ਇਹਨੂੰ ਰਿਮੂਵ ਕੀਤਾ ਹੋਇਆ ਹੈ ਤੇ ਇਹਨੂੰ ਰਿਮੂਵ ਕਰਕੇ ਮੈਂ ਆਰਡਰ ਕੀਤਾ ਸੀ ਹੁਣ ਆਪਾਂ ਇਹਨੂੰ ਇੰਸਟਾਲ ਕਰਦੇ ਹਾਂ ਇੰਸਟਾਲ ਕਰਨ ਦੇ ਲਈ ਦੋਸਤੋ ਮੈਂ ਇਹਨੂੰ ਸਭ ਤੋਂ ਪਹਿਲਾਂ ਜਿਹੜਾ ਆਪਣਾ ਸਟੋਵ ਆ ਇਹਨੂੰ ਅੱਗੇ ਨੂੰ ਖਿੱਚ ਕੇ ਮੈਂ ਅਨਪਲੱਗ ਕਰ ਲੈਣਾ ਜੇ ਤੁਹਾਡੇ ਜਿਹੜਾ ਡਿਸ ਕੁਇਕ ਡਿਸਕਨੈਕਟ ਪਲੱਗ ਨਹੀਂ ਹੈਗਾ ਤਾਂ ਤੁਹਾਨੂੰ ਜਿਹੜਾ ਮੇਨ ਬ੍ਰੇਕਰ ਆਫ ਕਰਨਾ ਪੈਣਾ ਮੇਕ ਸ਼ੋਰ ਕਿ ਤੁਹਾਡੀ ਜਿਹੜੀ ਇਹ ਪਾਵਰ ਆ ਇਹ ਆਫ ਹੋਣੀ ਚਾਹੀਦੀ ਹੈ ਇਹਦੇ ਨਾਲ ਕੰਮ ਕਰਨ ਤੋਂ ਪਹਿਲਾਂ ਕਿਉਂਕਿ ਆਪਾਂ ਜਿਹੜਾ ਹੈਗਾ 24V ਬੋਲਟੇਜ ਦੇ ਨਾਲ ਆਪਾਂ ਡੀਲ ਕਰਨੀ ਆ ਤੇ ਹੁਣ ਆਪਾਂ ਇਹਨੂੰ ਮੈਂ ਕੈਮਰਾ ਥੋੜਾ ਜਿਹਾ ਪਿੱਛੇ ਕਰਕੇ ਇਹਨੂੰ ਆਪਾਂ ਕਰਕੇ ਮੇਰੇ ਇੱਥੇ ਪਲੱਗ ਲੱਗਿਆ ਹੋਇਆ ਵੀ ਮੈਨੂੰ ਅੱਗੇ ਨੂੰ ਕਰਕੇ ਮੈਂ ਪਲੱਗ ਡਿਸਕਨੈਕਟ ਕਰ ਲੂੰਗਾ ਤੇ ਆਪਾਂ ਨੂੰ ਜਿਹੜੀ ਸਵਿਚ ਆ ਦੋਸਤੋ ਜਦੋਂ ਇਹ ਰਿਪਲੇਸ ਕਰਨੀ ਆ ਇਹ ਇਹਦੇ ਬੈਕ ਸਾਈਡ ਤੋਂ ਆਪਾਂ ਨੂੰ ਐਕਸੈਸ ਕਰਨਾ ਪਏ। ਇਹ ਸਾਨੂੰ ਬੈਕ ਸਾਈਡ ਦੇਖੋ ਨਾ ਮੇਰੇ ਇੱਥੇ ਜਿਹੜਾ ਇਹ 240 ਵੋਲਟਸ ਦਾ ਪਲੱਗ ਲੱਗਿਆ ਹੋਇਆ ਇਨੂੰ ਮੈਂ ਤੁਹਾਡੇ ਡਿਸਕਨੈਕਟ ਕਰ ਲੈਣਾ ਤੇ ਮੇਰੀ ਜਿਹੜੀ ਪਾਵਰ ਆ ਇਹ ਇੱਥੇ ਆਫ ਹੋ ਜਾਣੀ ਹੈ ਜੇ ਤੁਹਾਡੇ ਇਹ ਪਲੱਗ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਆਪਣਾ ਬ੍ਰੇਕਰ ਹੁੰਦਾ ਵਾ ਇਹਦੇ ਨਾਲ ਦਾ ਉਹ ਬ੍ਰੇਕਰ ਤੁਸੀਂ ਆਫ ਕਰ ਲਓ ਹੁਣ ਇਹ ਜਿਹੜੇ ਸਵਿਚ ਨੂੰ ਖੋਲਣ ਦੇ ਲਈ ਜਾਂ ਇੰਸਟਾਲ ਕਰਨ ਦੇ ਲਈ ਇੱਥੇ ਜਿਹੜਾ ਆ ਉੱਪਰਲੀ ਟਾਪ ਪਲੇਟ ਆ ਇਹਦੇ ਇੱਥੇ 4-5 ਸਕਰੂ ਲੱਗੇ ਹੋਏ ਆ ਫਿਲਪਸ ਸਕਰੂ ਡ੍ਰਾਈਵਰ ਆਪਾਂ ਯੂਜ਼ ਕਰਨਾ ਇਹ ਜਿਹੜੇ ਸਾਰੇ ਸਕਰੂ ਆ ਇਹ ਆਪਾਂ ਖੋਲ ਲੈਣੇ ਆ ਖੋਲ ਕੇ ਇਹਨਾਂ ਨੂੰ ਆਪਾਂ ਜਿਹੜੀ ਉੱਤਲੀ ਟਾਪ ਪਲੇਟ ਆ ਉਹਨੇ ਆ ਜਾਣਾ ਤੁਸੀਂ ਫਲਿੱਪ ਸਕਰੂਡਰ ਵਰ ਯੂਜ਼ ਕਰ ਸਕਦੇ ਆ ਮੇਰੇ ਕੋਲੇ ਇਲੈਕਟ੍ਰੀਕਲ ਜਿਹੜਾ ਸਕਰੂ ਡਰਾਇਵਰ ਹੈਗਾ ਮੈਂ ਇਹਦੇ ਨਾਲ ਇਹ ਸਾਰੇ ਸਕਰੂ ਖੋਲ ਲੈਣੇ ਆ ਜਦੋਂ ਸਾਰੇ ਸਕਰੂ ਖੁੱਲ ਗਏ ਦੋਸਤੋ ਇਹਨੂੰ ਥੱਲੇ ਉਸ ਤਰ੍ਹਾਂ ਫੜ ਕੇ ਤੁਸੀਂ ਖਿੱਚ ਲੈਣ ਤੇ ਥੱਲੇ ਥੋੜਾ ਜਿਹਾ ਟੈਪ ਜੀ ਆ ਤੇ ਇਹਨੇ ਇਸ ਤਰ੍ਹਾਂ ਓਪਨ ਹੋ ਜਾਣਾ ਆ ਜਿਹੜੀ ਮੇਰੇ ਸਵਿਚ ਹੈ ਤੁਸੀਂ ਦੇਖ ਸਕਦੇ ਮੈਂ ਟੇਪ ਜੀ ਕੀਤੀ ਹੋਈ ਹੈ ਮੈਂ ਆਲਰੇਡੀ ਇਹ ਰਿਮੂਵ ਕੀਤੀ ਹੋਈ ਹੈ ਤੇ ਮੈਂ ਤੁਹਾਨੂੰ ਦੂਸਰੀ ਸਵਿਚ ਜਿਹੜੀ ਉਹ ਪਲੱਗਨ ਹੋਈ ਹੋਈ ਹੈ ਦਾ ਕੈਮਰਾ ਕੋਲੇ ਲਿਆ ਕੇ ਦੱਸਦਾ ਕਿ ਤੁਸੀਂ ਇਹਨੂੰ ਖੋਲੜਾ ਕਿਹਦੇ ਹਿਸਾਬ ਨਾਲ ਆ ਇਹਦੇ ਤੇ ਦੋਸਤੋ ਮਗਰ ਜਿਹੜੇ ਦੋ ਪਲੱਗ ਲੱਗੇ ਇਹ ਬੜੇ ਲਾਈਕ ਕੁਇਕ ਡਿਸਕਨੈਕਟ ਜੇ ਪਲੱਗ ਹਨ ਤੁਸੀਂ ਸਾਨੀ ਦੇ ਨਾਲ ਇਦਾਂ ਲਾ ਲੈਣਾ ਇਹ ਦੋਨੇ ਪਲੱਗ ਬੜੀ ਡਿਫਰੈਂਟ ਸ਼ੇ ਤੇ ਇਹ ਇੱਕੋ ਜਗ੍ਹਾ ਤੇ ਜਾਣਾ ਹੁਣ ਆਪਾਂ ਜਿਹੜਾ ਫਰੰਟ ਫਰੰਟ ਦੇ ਉੱਤੇ ਜਾ ਕੇ ਦੋਸਤੋ ਜਿਹੜੀ ਆਪਾਂ ਪਹਿਲਾਂ ਇਹ ਉੱਤੇ ਨਾਵ ਲੱਗੀ ਆ ਇਹਨੂੰ ਆਪਾਂ ਖੋਲੋ ਖਿੱਚ ਲੈਣਾ ਇਹ ਸਿਰਫ ਪੋਸ਼ੀ ਕੀਤੀ ਹੁੰਦੀ ਫੇਰ ਆਪਣੇ ਕੋਲੇ ਇੱਥੇ ਦੋ ਜਿਹੜੇ ਫਿਲਿਪਸ ਸਕਰੂ ਡਰਾ ਸਕਰੂ ਆ ਇਹਨਾਂ ਨੂੰ ਆਪਾਂ ਜਿਹੜਾ ਫਿਲਿਪਸ ਸਕਰੂ ਡ੍ਰਾਈਵਰ ਯੂਜ਼ ਕਰਕੇ ਇਹਨਾਂ ਨੂੰ ਆਪਾਂ ਖੋਲ ਲੈਣਾ ਤੇ ਜਿਹੜੀ ਤੁਹਾਡੀ ਸਵਿਚ ਆ ਉਹ ਬਾਹਰ ਆ ਜਾਣੀ ਆ ਆਪਾਂ ਇਸੇ ਤਰੀਕੇ ਦੇ ਨਾਲ ਜਿਹੜੀ ਇਹ ਸਵਿਚ ਆ ਇਹਨੂੰ ਆਪਾਂ ਬੈਕ ਇੰਸਟਾਲ ਕਰ ਦਿੰਨੇ ਆ ਤੇ ਆਪਾਂ ਜਿਹੜੀ ਹੁਣ ਨਵੀਂ ਸਵਿਚ ਦੇ ਨਾਲ ਕੰਮ ਕਰਾਂਗੇ ਇਹ ਦੇਖੋ ਇਹਦੇ ਤੇ ਦੋਸਤੋ ਸਾਈਡ ਤੇ ਕੁਝ ਨੰਬਰ ਜੀ ਵੀ ਲਿਖੇ ਹੋਏ ਆ ਉਹ ਇਹਦਾ ਪਾਰਟ ਨੰਬਰ ਆ ਤੇ ਜਿਹੜੀ ਮੇਰੇ ਪੁਰਾਣਾ ਸੀਗੀ ਪੁਰਾਣੀ ਸਵਿੱਚ ਆ ਉਹ ਮੱਚੀ ਹੋਈ ਆ ਇਹਨੂੰ ਆਪਾਂ ਲਾ ਦਨੇ ਆ ਤੇ ਹੁਣ ਆਪਾਂ ਜਿਹੜੀ ਨਵੀਂ ਸਵਿੱਚ ਆ ਉਹ ਆਪਾਂ ਦੇਖਦੇ ਆ ਕਿ ਉਹਨੂੰ ਆਪਾਂ ਇੰਸਟਾਲ ਕਿਵੇਂ ਕਰਨਾ ਤੇ ਦੋਸਤੋ ਜਿਹੜੀ ਮੈਂ ਸਵਿਚ ਜਿਹੜੀ ਆਰਡਰ ਕੀਤੀ ਉਹ ਐਗਜੈਕਟਲੀ ਸੇਮ ਸਵਿਚ ਆ ਸੇਮ ਪਾਰਟ ਨੰਬਰ ਆ ਪਰ ਇਹ ਓਰੀਜਨਲ ਸਵਿਚ ਨਹੀਂ ਹੈਗੀ ਜੇ ਤੁਸੀਂ ਓਰੀਜਨਲ ਸਵਿਚ ਲੈਣੀ ਹੈ ਤਾਂ ਉਹ ਕਾਫੀ ਐਕਸਪੈਂਸਿਵ ਹੁੰਦੀ ਹੈ ਤੇ ਮੈਨੂੰ ਲੱਗਦਾ ਉਹ ਸੋਨੂੰ ਜਿਹੜੀ ਥੋੜੀ ਜਿਹੀ ਯੂਜ਼ਡ ਲੈਣੀ ਪੈਣੀ ਆ ਪਰ ਇਹ ਜਿਹੜੀ ਆ ਆਫਟਰ ਮਾਰਕੀਟ ਇਹਨਾਂ ਨੂੰ ਕਹਿ ਦਿੰਦੇ ਆ ਇਹ ਐਗਜੈਕਟਲੀ ਸੇਮ ਪਾਰਟ ਆ ਇਹਦੇ ਫਿੱਟ ਆ ਜਾਣਾ ਮਾੜਾ ਮੋਟਾ ਜਣੀ ਛੇ ਫਰਕ ਹੁੰਦਾ ਆ ਦੇਖੋ ਜਿਹੜੀ ਮੇਰੀ ਪੁਰਾਣੀ ਸਵਿਚ ਹੈ ਇਹਦੇ ਜਿਹੜੇ ਮਗਰ ਕਨੈਕਟਰ ਜੇ ਉਹ ਮੱਚੇ ਹੋਏ ਸੀਗੇ ਤੇ ਇਹ ਦੇਖਣ ਨੂੰ ਸਾਰਾ ਜਿਹੜੇ ਜਿਹੜੇ ਮਗਰ ਪਲੱਗ ਇਨਮ ਹੈਗੇ ਆ ਜਿਹੜੇ ਟੈਬਸ ਵਗੈਰਾ ਸੇਮ ਆ ਜਦੋਂ ਆਪਾਂ ਨਵੀਂ ਸਵਿਚ ਇੰਸਟਾਲ ਕਰਨੀਆਂ ਨੂੰ ਜਿਸ ਤਰੀਕੇ ਦੇ ਨਾਲ ਆਪਾਂ ਖੋਲਿਆ ਉਸੇ ਤਰੀਕੇ ਦੇ ਨਾਲ ਇਸ ਤਰ੍ਹਾਂ ਇਹਨੂੰ ਆਪਾਂ ਵਿੱਚ ਪਾ ਕੇ ਤੇ ਅੱਗੇ ਤੋਂ ਪਾਏ ਦੇ ਤੇ ਪਹਿਲਾਂ ਜਿਹੜੇ ਦੋ ਆਹਾ ਸਕਰੂ ਕਸਣੇ ਆ ਫਿਲਪਸ ਸਕਰੂ ਡ੍ਰਾਈਵਰ ਦੇ ਨਾਲ ਆਪਾਂ ਜਿਹੜੇ ਇਹ ਦੋ ਖਸ ਦੇਣੇ ਆ ਇਦੋਂ ਕਾਸਕੇ ਫਰੰਟ ਦੇ ਉੱਤੇ ਆਪਾਂ ਜਿਹੜੀ ਉਹ ਆਪਣੀ ਦੀ ਨਾਵ ਉਹ ਇਹਦੇ ਉੱਤੇ ਲਾ ਦੇਣੀ ਆ ਤੇ ਮੈਂ ਇੱਥੇ ਨੋਟਿਸ ਕੀਤਾ ਦੋਸਤੋ ਜਿਹੜੀ ਇਹਦੀ ਨਾਵ ਆ ਇਹ ਥੋੜੀ ਜੀ ਦੂਸਰੇ ਨਾਲੋਂ ਜਿਹੜੀ ਇਹ ਵੱਡੀ ਆ ਟੈਪ ਜੀ ਤੇ ਜਿਹੜੀ ਮੇਰੀ ਇਹ ਸਵਿਚ ਆ ਉਹ ਥੇੜੀ ਜੀ ਬਾਹਰ ਨੂੰ ਫਲਿੱਪ ਹੋਈ ਹੋਈ ਆ ਤੇ ਮੈਂ ਦੂਜੀ ਨਾਲ ਵੀ ਚੈੱਕ ਕਰਦਾ ਸੀ ਤੇ ਇਹ ਜਿਹੜੀ ਨਾਵ ਆ ਥੋੜੀ ਜੀ ਇਹਦੇ ਨਾਲੋਂ ਜਿਹੜੀ ਇਹ ਮੈਂ ਨਵੀਂ ਲਾਈ ਆ ਇਹ ਥੋੜੀ ਜੀ ਬਾਹਰ ਨੂੰ ਆ ਇਹ ਕੋਈ ਇਹਦੇ ਤੇ ਫਰਕ ਨਹੀਂ ਕਰਦੀ ਦੋਸਤੋ ਤੁਸੀਂ ਇਹਦੇ ਵਿੱਚ ਜਿਹੜੀ ਮਗਰ ਵਾਸ਼ਰ ਵਗੈਰਾ ਇੰਸਟਾਲ ਕਰ ਸਕਦੇ ਹੋ ਜੇ ਇਹਨੂੰ ਤੁਸੀਂ ਇਕੁਅਲ ਕਰਨਾ ਆਦਰਵਾਇਜ਼ ਮੈਂ ਇਹਨੂੰ ਹੁਣ ਬੈਕ ਸਾਈਡ ਤੇ ਜਿਹੜੇ ਇਹ ਕਨੈਕਸ਼ਨ ਆ ਉਹ ਬਣਾਉਣੇ ਆ ਦੋਸਤੋ ਜਿਵੇਂ ਕਿ ਮੈਂ ਗੱਲ ਕੀਤੀ ਸੀ ਜਿਹੜੇ ਕਨੈਕਸ਼ਨ ਆ ਉਹ ਤੁਸੀਂ ਮਿਕਸ ਨਹੀਂ ਕਰ ਸਕਦੇ ਇਹ ਡਿਫਰੈਂਟ ਪਲੱਗ ਆ ਇਹ ਸੇਮ ਜਗ੍ਹਾ ਤੇ ਜਾਣਾ ਇਸ ਤਰੀਕੇ ਦੇ ਨਾਲ ਤੁਸੀਂ ਬਸ ਇਹਨੂੰ ਪਲੱਗ ਇਨ ਕਰ ਦੇਣਾ ਦੋਨਾਂ ਨੂੰ ਪਲੱਗ ਇਨ ਕਰਕੇ ਫਿਰ ਆਪਾਂ ਜਿਹੜਾ ਇਹ ਸਟੋਵ ਇਹਦੀ ਆਪਾਂ ਮੇਨ ਪਾਵਰ ਪਲੱਗ ਇਨ ਕਰਕੇ ਇਹਨੂੰ ਆਪਾਂ ਟੈਸਟ ਕਰ ਲੈਣਾ ਜੇ ਤੁਸੀਂ ਟੈਸਟ ਕਰਨਾ ਵਾ ਤੇ ਪਰ ਮੈਂ ਇਹਨੂੰ ਆਲਰੇਡੀ ਟੈਸਟ ਕਰ ਲਿਆ ਹੁਣ ਮੈਂ ਜਿਹੜੀ ਇਹ ਪਲੇਟ ਲਾ ਦੇਣੀ ਇਹਦੇ ਆ ਥੋੜਾ ਜਿਹਾ ਕੱਥਲੇ ਟੈਜ ਜਿਹੜਾ ਸਭ ਤੋਂ ਪਹਿਲਾਂ ਆਪਾਂ ਇਹ ਕਰਦਣਾ ਵਿੱਚ ਦੇ ਪਾ ਕੇ ਇਹਨੂੰ ਤੇ ਫਿਰ ਆਪਾਂ ਜਿਹੜੇ ਉੱਤੋਂ ਵੀ ਥੋੜਾ ਜਿਹਾ ਇਹਨੂੰ ਪੁਸ਼ ਕਰਨਾ ਪੈਣਾ ਦੋਸਤੋ ਇਹ ਜਿਹੜੀ ਸੌਫਟ ਸਟੀਲ ਆ ਨਹੀਂ ਤੇ ਤੁਹਾਨੂੰ ਥੱੜੀ ਪਲੇਟ ਵੀ ਖੁੱਲੜੀ ਪੈਣੀ ਆ ਇਹ ਸੌਫਟ ਸਟੀਲ ਆ ਇਹਨੂੰ ਮੈਂ ਥੋੜਾ ਜਿਹਾ ਫੋਰਸ ਦੇ ਨਾਲ ਬਿੰਡ ਕਰਕੇ ਆ ਜਿਹੜੇ ਉੱਤੇ ਵੀ ਟੈਬਸ ਆ ਇਹਨਾਂ ਨੂੰ ਵੀ ਮੈਂ ਇਸ ਤਰੀਕੇ ਦੇ ਨਾਲ ਵਿੱਚ ਪਾ ਤਾਂ ਹੁਣ ਆਪਾਂ ਜਿਹੜੇ ਫਿਲਪ ਜਿਹੜੇ ਸਕਰੂ ਖੋਲੇ ਸੀ ਉਹ ਪਾ ਸਕਰੂ ਜਿਹੜੇ ਦੇ ਬੈਕ ਇੰਸਟਾਲ ਕਰ ਦਿੰਨੇ ਆ ਤੇ ਆਪਣਾ ਜਿਹੜਾ ਸਟੋਵ ਇਹ ਬਿਲਕੁਲ ਰੈਡੀ ਆ ਵਰਤਨ ਦੇ ਲਈ ਤੇ ਇਹਨੂੰ ਆਪਾਂ ਇੱਕ ਵਾਰਾ ਸਕਰੂ ਸਾਰੇ ਜਿਹੜੇ ਇੰਸਟਾਲ ਕਰਕੇ ਇਹਨੂੰ ਆ ਹੁਣ ਆਪਣਾ ਜਿਹੜਾ ਇਹ ਆ ਰੈਡੀ ਆ ਤੇ ਇਹਨੂੰ ਹੁਣ ਆਪਾਂ ਮੈਂ ਜਿਹੜੀ ਇੱਕ ਜਗ੍ਹਾ ਦੇ ਦਿੱਤੇ ਸੀਗਾ ਉੱਥੇ ਆਪਾਂ ਇਹਨੂੰ ਲਾ ਦਨੇ ਤਾਂ ਆ ਦੇਖੋ ਜਿਹੜਾ ਆਪਣਾ ਟਾਈਮ ਆ ਫਲਿਕਰੋ ਕਰ ਰਿਹਾ ਦੋਸਤੋ ਕਿਉਂਕਿ ਆਪਣੀ ਜਿਹੜੀ ਆ ਪਾਵਰ ਆਫ ਸੀਗੀ ਇਹਦਾ ਸਾਨੂੰ ਟਾਈਮ ਐਡਜਸਟ ਕਰਨਾ ਆਪਣਾ ਜਿਹੜਾ ਵੀ ਤੁਹਾਡਾ ਟਾਈਮ ਹੈਗਾ ਤੁਸੀਂ ਉਹਦੇ ਤੇ ਟਾਈਮ ਐਡਜਸਟ ਕਰ ਲਓ ਤੇ ਹੁਣ ਜਿਹੜਾ ਆਪਣਾ ਸਟੋਵ ਆ ਮੈਂ ਇਹਨੂੰ ਹਾਈ ਦੇ ਉੱਤੇ ਕਰ ਦਨਾ ਇਹਨੂੰ ਕੁਸ਼ਕ ਟਾਈਮ ਲੱਗੂਗਾ ਇਹਨੇ ਹੀਟ ਅਪ ਹੋਣ ਨੂੰ ਤੇ ਮੈਂ ਆਲਰੇਡੀ ਦੇਖ ਸਕਦਾ ਕਿ ਇੱਥੇ ਮੜਾ ਮੜਾ ਜਿਹੜਾ ਹੈਗਾ ਕੋਈ ਗਿੱਲਾ ਜਿਹਾ ਲੱਗਿਆ ਉਹਦਾ স্মੋਕਿੰਗ ਜਿਹਾ ਹੋ ਰਿਹਾ ਸੀ ਤੇ ਦੇਖੋ ਬਹੁਤ ਹਾਰਟ ਆ ਇਹ ਕਲਰ ਵੀ ਇਹਦਾ ਚੇਂਜ ਹੋ ਗਿਆ ਰੈਡਿਸ਼ ਜਿਹਾ ਹੋਣ ਲੱਗਿਆ ਤੇ ਪਰ ਆਪਾਂ ਇੱਥੇ ਥੋੜਾ ਜਿਹਾ ਹੋਰ ਕੰਮ ਕਰਨਾ ਤਾਂ ਮੈਂ ਇਹਨੂੰ ਬਹਾਲਾ ਹੀਟ ਅਪ ਨਹੀਂ ਕਰਨਾ ਹੈ ਆਲਰੇਡੀ ਰੈਡਿਸ਼ ਹੋ ਗਿਆ ਇਹ ਬਿਲਕੁਲ ਜਿਹੜਾ ਹੈ ਕੰਮ ਕਰਦਾ ਇਹਨੂੰ ਆਪਾਂ ਹੁਣ ਆਫ ਕਰ ਦਿੰਦੇ ਨੇ ਤੇ ਮੈਂ ਤੁਹਾਨੂੰ ਅੱਗੇ ਇਹ ਵੀ ਦੱਸਦਾ ਕਿ ਇਹ ਰੀਜ਼ਨ ਕੀ ਆ ਦੋਸਤੋ ਇਹਦਾ ਰੀਜ਼ਨ ਹੈਗਾ ਦੋਸਤੋ ਕਿ ਜਿਵੇਂ ਆਪਾਂ ਓਵਰ ਟਾਈਮ ਜਿਹੜੇ ਆਪਣੇ ਇਹ ਸਟੋਵ ਆ ਇਹ ਆਪਾਂ ਯੂਜ਼ ਕਰਦੇ ਆ ਤੇ ਆਪਣੇ ਜਿਹੜਾ ਲਿਕਵਿਡ ਆ ਉੱਤੇ ਬੋਇਲ ਹੁੰਦਾ ਰਹਿੰਦਾ ਜੇ ਆਪਾਂ ਬੋਇ ਸਵਿਚਾ ਇਹ ਜਿਹੜੀ ਹੈਗੀ ਆ ਲਿਮਟਡ ਕਰੰਟ ਹੁੰਦਾ ਜਿਵੇਂ ਕਿ ਜਦੋਂ ਸਵਿਚ ਹੁੰਦੀ ਆ ਉਹ ਜਾਨੀ 20 ਐਂਪ ਜਿਵੇਂ ਕਹਿ ਲਓ ਅਪਰੋਕਸੀਮੇਟਲੀ 20 ਕੈਂਪ ਜਿਹੜਾ ਇਹ ਕਰੰਟ ਪੁੱਲ ਕਰਦੇ ਤੇ ਇਸ ਤਰ੍ਹਾਂ ਜਦੋਂ ਆਪਾਂ ਇਹਨਾਂ ਨੂੰ ਹਿਸਟੋਬ ਨੂੰ ਕਲੀਨ ਕਰਦੇ ਆ ਓਪਨ ਕਰਦੇ ਰਹਿੰਨੇ ਆ ਤਾਂ ਆ ਜਿਹੜੇ ਥੱਲੇ ਦੇ ਪਲੱਗ ਜੇ ਲੱਗੇ ਹੋਇਆ ਇਹ ਪਲੱਗ ਲੂਜ਼ ਹੋ ਜਾਂਦੇ ਆ ਦੋਸਤੋ ਜਦੋਂ ਇਹ ਲੂਜ਼ ਹੋ ਜਾਂਦੇ ਆ ਤਾਂ ਇੱਥੇ ਜਿਹੜਾ ਇਹ ਕਰੰਟ ਆ ਜਿਆਦਾ ਡਰਾ ਕਰਨ ਲੱਗ ਜਾਂਦੇ ਆ ਤਾਂ ਜਿਵੇਂ ਕਿ ਉਹ ਆਪਣੀ ਸਵਿਚ ਦੀ ਲਿਮਟ ਦੇ ਨਾਲੋਂ ਜ਼ਿਆਦਾ ਹੋ ਜਾਂਦਾ ਜਾਂ ਫਿਰ ਇੱਥੇ ਜਿਹੜਾ ਲੀਕਵਿਡ ਆ ਉਹ ਇਹਦੇ ਤੇ ਡ੍ਰੌਪ ਹੋਣ ਲ ਇਹਨੂੰ ਤੁਸੀਂ ਪ੍ਰिवेंट ਕੀ ਕਰ ਸਕਦੇ ਆ ਇਹਨੂੰ ਤੁਸੀਂ ਕਿਤੇ ਨਾ ਕਿਤੇ ਜਦੋਂ ਵੀ ਤੁਹਾਡਾ ਟਾਈਮ ਲੱਗੇ ਇਹਨੂੰ ਤੁਸੀਂ ਚੈੱਕ ਕਰੋ ਕਲੀਨ ਕਰੋ ਜੇ ਤੁਹਾਡੇ ਜਿਹੜੇ ਉਹ ਕਨੈਕਟਰ ਜਰਾ ਉਹ ਲੂਜ਼ ਆ ਤਾਂ ਉਹਨਾਂ ਨੂੰ ਟਾਈਟ ਕਰ ਦਿਓ ਕਿ ਜਿਹੜੇ ਸਟੋਬ ਆ ਤੁਸੀਂ ਜਦੋਂ ਇਹਨਾਂ ਨੂੰ ਵਿੱਚ 플ੱਗ ਇਨ ਕਰਦੇ ਆ ਤਾਂ ਇਹ ਪੂਰੇ ਟਾਈਟ ਹੋਣੇ ਚਾਹੀਦੇ ਲੂਜ਼ ਨਹੀਂ ਹੋਣੇ ਚਾਹੀਦੇ ਕਿਉਂਕਿ ਜੇ ਇਹ ਲੂਜ਼ ਆ ਤਾਂ ਇੱਥੇ ਜਿਹੜਾ ਸਾਰਾ ਕਰੰਟ ਡਰਾ ਹੋਣਾ ਤੇ ਜਿਹੜੀ ਸਵਿਚ ਦੀ ਹੈ ਲਿਮਟ ਤੋਂ ਜ਼ਿਆਦਾ ਹੋ ਜਾਂਦਾ ਤਾਂ ਓਵਰ ਟਾਈਮ ਜਿਹੜੀ ਸਵਿਚ ਆ ਉਹ ਬਰਨ ਹੋ ਜਾਂਦੀ ਹੈ ਜਾਂ ਉਹ ਕੰਮ ਕਰਨੋਂ ਹਟ ਜਾਂਦੀ ਹੈ ਤੇ ਮੈਂ ਵੀ ਇਸੇ ਤਰੀਕੇ ਦੇ ਨਾਲ ਕਰਦਾ ਦੋਸਤੋ ਪਰ ਇਸ ਵਾਰੀ ਮੈਂ ਇਹਨੂੰ ਪਹਿਲਾਂ ਨੋਟ ਨਹੀਂ ਕੀਤਾ ਤਾਂ ਮੇਰਾ ਜਦੋਂ ਇਸ ਵਿੱਚ ਮਚ ਗਈ ਤਾਂ ਫਿਰ ਮੇਰੇ ਦਿਮਾਗ ਦੇ ਵਿੱਚ ਆਇਆ ਹੁਣ ਆਪਣਾ ਜਿਹੜਾ ਸਟੋਵ ਆ ਬਿਲਕੁਲ ਵਰਤਣ ਦੇ ਲਈ ਰੈਡੀ ਹੈ ਦੋਸਤੋ ਅੱਜ ਲਈ ਇਹਨਾਂ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਇੱਕ ਹੋਰ ਨਵੇਂ ਟੌਪਿਕ ਦੇ ਨਾਲ ਧੰਨਵਾਦ ਵੀਡੀਓ ਦੇਖਣ ਦੇ ਲਈ ਜੇ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕੀਤਾ ਇਹਨੂੰ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਧੰਨਵਾਦ